ਆਪਣੀ ਕਲਮ ਦਾ ਸਹਾਰਾ ਲੈ ਕੇ ਖੂਬਸੂਰਤ ਅੰਦਾਜ਼ ਦੇ ਵਿੱਚ ਕਲਾਮ ਨੂੰ ਲਿਖ ਕੇ ਦੁਸ਼ਮਣ ਦੋਸਤਾਂ ਤੱਕ ਪਹੁੰਚਾਉਂਦੇ ਨੇ। ਅਗਰ ਮੁਆਸ਼ਰੇ ਚਲੇ ਜਾਣ ਤੇ ਇੱਕ ਉਹਨਾਂ ਦਾ ਅਨੋਖਾ ਹੀ ਅੰਦਾਜ਼ ਹੈ। ਅਗਰ ਹਕੀਕਤ ਚਲੇ ਜਾਣ ਉਹਨਾਂ ਦਾ ਇੱਕ ਆਪਣਾ ਹੀ ਢੰਗ ਹੈ। ਅਗਰ ਉਹ ਮਿਜ਼ਾਜ ਚਲੇ ਜਾਣ ਤੇ ਆਸ਼ਿਕਾਂ ਦੇ ਦਿਲ ਮੋਹ ਲੈਂਦੇ ਨੇ। ਉਹ ਹਸਤੀ ਕਿਸ ਤਾਰਾ ਦੇ ਮੁਤਾਜ ਨਹੀਂ, ਪਹਿਲੇ ਉਹਨਾਂ ਦੀ ਨਜ਼ਰ ਦੌੜਾ ਕਰ ਸਾਂ, ਉਸ ਤੋਂ ਬਾਅਦ ਉਹਨਾਂ ਨੂੰ ਮਦਾਵਤ ਸੁਖਨ ਦੇ ਸਾਂ। ਦੌੜਾ ਵੀ ਸਿਰਫ ਉਹਨਾਂ ਦੀ ਨਜ਼ਰ ਕਰ ਰਿਹਾ ਉਹਨਾਂ ਨੂੰ ਬੁਲਾਉਣ ਵਾਸਤੇ ਕਿ ਪਿੱਛਾ ਹਟਿਆ ਦਿਲ ਭਰ ਹੁਸੜਾਂ ਦੀ ਮੈਨੂੰ ਭੀੜ ਮਰਨ ਦੀ ਪਈ ਐ। ਪਿੱਛਾ ਹਟਿਆ ਦਿਲ ਭਰ ਹੁਸੜਾਂ ਦੀ ਮੈਨੂੰ ਭੀੜ ਮਰਨ ਦੀ ਪਈ ਐ। ਇੱਕ ਤੂੰ ਕੋਈ ਨਾ ਦੂਆ ਸਿੱਖ ਤੇਰੀ ਮੱਛੀ ਵਾਂਗ ਤਲਣ ਦੀ ਪਈ ਐ। ਤੇ ਜਬ ਆਪੜ ਮੁਲਾ ਸੇ ਮਾਖ ਪਗਲੀ ਉਹ ਜਬ ਆਪੜ ਮੁਲਾ ਸੇ ਮਾਖ ਪਗਲੀ ਉਹ ਸਾਰੇ ਫੋੜ ਫਦਨ ਦੀ ਪਈ ਐ। ਉਹ ਤੈਨੂੰ ਰਾਂਝਣਾ ਇਸ਼ਕ ਦੇ ਵੇਲਿਆਂ ਵਿੱਚ ਤੇਰੀ ਹੀਰ ਸਦਨ ਦੀ ਪਈ ਐ। ਬਾਦ ਰਹੋ, ਸਲਾਮਤ ਰਹੋ। ਤੇ ਉਸੇ ਹਸਤੀ ਵਾਸਤੇ ਮੈਂ ਥੋੜਾ ਸੁਣਾਇਆ ਹੈ ਜਿਨ੍ਹਾਂ ਨੂੰ ਮੈਂ ਬੁਲਾ ਰਿਹਾ ਕਿ ਉਹਦੇ ਬਲਾਵਨ ਦਾ ਅੰਦਾਜ਼, ਗਜ਼ਲ ਦਾ ਸ਼ਹਿਨਸ਼ਾਹ, ਨਜ਼ਮ ਦਾ ਬਾਦਸ਼ਾਹ, ਦੋੜੇ ਦੀ ਇੱਕ ਬਹੁਤ ਬੜੀ ਸੁਗਾਤ ਔਰ ਖੂਬਸੂਰਤ ਅੰਦਾਜ਼ ਨਾਲ ਲਿਖਣ ਵਾਲੇ ਸ਼ਾਇਰ ਮੇਰੀ ਮੁਰਾਦ ਤੁਹਾਡੀ ਪੁਰਜ਼ੋਰ ਤਾਲੀ ਦੇ ਵਿੱਚ ਤਸ਼ਰੀਫ ਲਿਆਂਦੇ ਨੇ। ਸਾਡੇ ਦੁੱਖ ਤੇ ਦਰਦ ਵੰਡਾਊਏ, ਲੁੱਠੇ ਆ ਕੇ ਸੱਜਣ ਮਨਾਊਏ। ਸਾਡੇ ਦੁੱਖ ਤੇ ਦਰਦ ਵੰਡਾਊਏ, ਰੁੱਠੇ ਆ ਕੇ ਸੱਜਣ ਮਨਾਊਏ। ਆਪਣੇ ਦਿਲਾਂ ਨੂੰ ਕਾਬੂ ਕਰ ਲੋ, ਹੁਣ ਕਾਲੂ ਆਣਾ ਆਊਏ। ਤੁਹਾਡੀ ਪੁਰਜ਼ੋਰ ਤਾਲੀਆਂ ਦੇ ਵਿੱਚ ਸਾਡੇ ਖੂਬਸੂਰਤ ਸ਼ਹਿਰ ਖੂਬਸੂਰਤ ਅੰਦਾਜ਼ ਵਿੱਚ ਪੜ੍ਹਨ ਵਾਲੇ ਬਹੁਤ ਹੀ ਅੱਛੇ ਲਿਖਾਰੀ ਉਸਤਾਦ ਅਲ ਸ਼ੁਰਰਾ ਜਨਾਬ ਕਾਸਿਮ ਕਾਲੂ ਆਣਾ ਸਰ। ਮਮਨੂਨ ਆ ਖਸੂਸਨ ਬਾਈ ਜ਼ਵਾਰ ਬੋਜੂਵਾਣਾ ਔਰ ਸਾਰੇ ਇਸ ਥੇ ਦੀ ਵਸਨੀਕ ਦਾ, ਮੈਨੂੰ ਇਸ ਕਾਬਿਲ ਸਮਝਿਆ ਇਹਨੇ। ਹਰ ਵਾਰੀ ਤਾਂ ਬੰਦਾ ਕਈ ਨੂੰ ਵੀ ਬਰਦਾਸ਼ਤ ਨਹੀਂ ਕਰਦਾ, ਜਿਗਰਾ ਤੁਹਾਡਾ ਹੀ ਚੰਗਾ ਤੇ ਸੋਚ ਕੇ ਅਸੀਂ ਵੀ ਬੜਾ ਆਉਂਦੇ ਹਾਂ। ਇਹ ਬਾਈ ਅਬਾਸ ਦੁੱਲੂ ਤੇਰੇ ਕੋ ਅਸਲ ਖਲੇ ਨਾ ਮੂਵੀ ਆ ਲਈ ਗੱਲ ਇੰਜ, ਬੰਦਾ ਇੱਕ ਡਾਕਟਰ ਕੋਲ ਗਿਆ। ਉਸ ਇੱਕ ਡਾਕਟਰ ਸਾਹਿਬ, ਮੈਨੂੰ ਹੇਕ ਦੇ ਛੱਡ ਕੇ ਦੂਏ ਦੇ ਤਾਪ ਆਉਂਦਾ ਹੈ, ਹੇਕ ਦੇ ਛੱਡ ਕੇ ਦੂਏ ਦੇ ਤਾਪ ਆਉਂਦਾ ਹੈ। ਉਸ ਆਖਿਆ ਬਾਈ ਇਹ ਤੈਨੂੰ ਵਾਰੀ ਦੋ। ਉਸ ਆਖਿਆ ਨਹੀਂ ਵਾਰੀ ਦਾ ਨਹੀਂ, ਹੇਕ ਦੇ ਛੱਡ ਕੇ ਦੂਏ ਦੇ ਆਉਂਦਾ। ਉਸ ਆਖਿਆ ਡਾਕਟਰ ਆਖਿਆ ਭਾਈ ਇਹਨੂੰ ਵਾਰੀ ਦੱਸ ਦਿੰਦੇ ਨੇ। ਉਸ ਆਖਿਆ ਡਾਕਟਰ ਤੇਰਾ ਦਿਮਾਗ ਖਰਾਬ ਹੈ, ਵਾਰੀ ਦਾ ਤਾਂ ਹੋਵੇ, ਇੱਕ ਦੇ ਮੈਨੂੰ ਹੋਵੇ, ਇੱਕ ਦੇ ਤੈਨੂੰ ਹੋਵੇ। ਗੱਲ ਤਾਂ ਇੰਜ ਆਈ, ਇਹ ਮੁੜ ਚਸ ਵੀ ਹੋਰ ਬਣਿਆ ਵੀ ਇੱਕ ਦੌੜਾ ਤੁਸੀਂ ਆਖੋ ਆ, ਇੱਕ ਮੈਂ ਆਖਾਂ, ਮੇਰੇ ਵਾਰੀ ਤੁਸੀਂ ਇੱਥੇ ਹੋ ਆ, ਤੁਹਾਡੇ ਵਾਰੀ ਮੈਂ ਉੱਥੇ ਬਹਿ ਕੇ ਹੱਸਾਂ। ਹੁਣ ਮੇਰੇ ਸਾਰੇ ਹੀ ਦੋਸਤ ਫਰਦਨ ਫਰਦਨ ਮੈਂ ਜਾਣਨਾ ਔਰ ਮੈਨੂੰ ਆਪਣਾ ਬੜਾ ਮਮਨੂਨ ਆ ਮੈਂ ਭਾਈ ਮਲਕ ਸਾਹਿਬ ਸਗਲਾ ਸਾਹਿਬ ਹੋਰਾਂ ਦਾ, ਚੇਅਰਮੈਨ ਸਾਹਿਬ ਹੋਰਾਂ ਦਾ, ਤਾਰਕ ਮਹਿਮੂਦ ਸਗਲਾ ਸਾਹਿਬ ਹੋਰਾਂ ਦਾ, ਕਿ ਉਹਨਾਂ ਬੜਾ ਟਾਈਮ ਕੱਢਿਆ, ਸਾਰੇ ਦੋਸਤਾਂ ਨੂੰ ਬੜਾ ਟਾਈਮ ਦਿੱਤਾ। ਉਸ ਤੋਂ ਇਲਾਵਾ ਪੀਰ ਸਜਾਦ ਸ਼ਾਹ ਸ਼ਿਰਾਜ਼ੀ ਗੜ ਫਤਿਹ ਸ਼ਾਹ ਤੋਂ ਤਸ਼ਰੀਫ ਲਾਏ, ਬੜੇ ਬੜੇ ਦੂਰ ਦੂਰ ਦੋਸਤ ਆਏ ਹੋਏ, ਮੈਂ ਫਰਦਨ ਫਰਦਨ ਸਾਰਿਆਂ ਦੇ ਨਾਂ ਲਵਾਂ ਤਾਂ। ਬਹਰਹਾਲ ਮੈਂ ਅੱਜ ਹਾਸ਼ਮੀ ਸਾਹਿਬ ਹੋਰਾਂ ਨੂੰ ਰੱਜ ਕੇ ਸੁਣਨਾ, ਮੈਂ ਹਾਜ਼ਰੀ ਲਵਾਉਣੀ ਜਿਤਨੀ ਇੱਕ ਚੱਲਦੀ ਪਈ ਆ। ਕਿ ਜਿਹੜਾ ਇਸ਼ਕ ਤੋਂ ਬਾਹਰ ਨਮਾਜ਼ ਪੜ੍ਹੇ ਹੁੰਦਾ ਠੀਕ, ਮੁਸੱਲਾ ਹੀ ਕੋਈ ਨਹੀਂ। ਸ਼ਰਦ ਸਾਹਿਬ, ਯਾਸੀਨ ਸ਼ਰਦ ਸਾਹਿਬ, ਜਿਹੜਾ ਜਿਹੜਾ ਇਸ਼ਕ ਤੋਂ ਬਾਹਰ ਨਮਾਜ਼ ਪੜ੍ਹੇ
ਉਹਦਾ ਠੀਕ ਮੁਸੱਲਾ ਹੀ ਕੋਈ ਨਹੀਂ ਜਿਹੜਾ ਇਸ਼ਕ ਤੇ ਮਜ਼ਹਬ ਦੋ ਸਮਝੇ ਉਹਦੇ ਵਰਗਾ ਜੱਲਾ ਹੀ ਕੋਈ ਨਹੀਂ ਜਿਹੜਾ ਇਸ਼ਕ ਤੇ ਮਜ਼ਹਬ ਦੋ ਸਮਝੇ ਉਹਦੇ ਵਰਗਾ ਝੱਲਾ ਹੀ ਕੋਈ ਨਹੀਂ ਔਰ ਸਿੱਧੀ ਗੱਲ ਏ ਕਾਸਿਮ ਸਮਝ ਤਾਂ ਸਹੀ ਮੇਰੀ ਗੱਲ ਚ ਰੱਲਾ ਹੀ ਕੋਈ ਨਹੀਂ ਔਰ ਜਿਸ ਦਿਲ ਚ ਹੋਬ ਨਹੀਂ ਪਾਇੰਤਾਂ ਦੀ ਉਸ ਦਿਲ ਚ ਅੱਲਾ ਹੀ ਕੋਈ ਨਹੀਂ ਨਾਰਾ ਖੋਲ ਕੇ ਮਾਰੋ ਨਾਰਾ ਏ ਹੈਦਰੀ ਜਿਸ ਦਿਲ ਵਿੱਚ ਹੁਬ ਨਹੀਂ ਪਾਈ ਤੰਦੀ ਉਸ ਦਿਲ ਵਿੱਚ ਅੱਲਾ ਹੀ ਕੋਈ ਨਹੀਂ ਔਰ ਜ਼ਮਾਨੇ ਵਿੱਚ ਸਿਜਾਪਣ ਲਈ ਕਬੀਲਾ ਵੀ ਜ਼ਰੂਰੀ ਹੈ ਭਾਈ ਮੁਲਾਜ਼ਮ ਹਮਨੇ ਤੁਹਾਡੇ ਕਬੀਲੇ ਬਣਾਏ ਤਾਂ ਕਿ ਤੁਹਾਡੀ ਪਹਿਚਾਨ ਹੋ ਸਕੇ ਜ਼ਮਾਨੇ ਵਿੱਚ ਸਿਜਾਪਣ ਲਈ ਕਬੀਲਾ ਵੀ ਜ਼ਰੂਰੀ ਹੈ ਜੇ ਹੀਲੇ ਰਿਸਕ ਮਿਲਦਾ ਹੈ ਤਾਂ ਹੀਲਾ ਵੀ ਜ਼ਰੂਰੀ ਹੈ ਸਵਾਲੀ ਹਾਂ ਮੈਂ ਪੰਜ ਤਨ ਦਾ ਮੇਰਾ ਕਾਸਮ ਅਕੀਦਾ ਹੈ ਖੁਦਾ ਦੀ ਬਾਰਗਾਹ ਤੋੜੀ ਵਸੀਲਾ ਵੀ ਜ਼ਰੂਰੀ ਹੈ ਖੁਦਾ ਦੀ ਬਾਰਗਾਹ ਤੋੜੀ ਯਾ ਅਯੂਹਲ ਲਜ਼ੀਨ ਆਮਨੂ ਤਕੁਲਲਾਹ ਵਬਤਗੂ ਅਲੈਹਿਲ ਵਸੀਲਾ ਖੁਦਾ ਦੀ ਬਾਰਗਾਹ ਤੋੜੀ ਵਸੀਲਾ ਵੀ ਜ਼ਰੂਰੀ ਹੈ ਔਰ ਇੱਕ ਸ਼ੇਰ ਇਸ ਜ਼ਿਮਨ ਵਿੱਚ ਕਿ ਤਨਕੀਦ ਇਨਸਾਨ ਦੀ ਫਿਤਰਤ ਹੈ ਤੋਜੋ ਚਾਸਾ ਤਨਕੀਦ ਇਨਸਾਨ ਦੀ ਫਿਤਰਤ ਹੈ ਅਸੀਂ ਕਈ ਤਨਕੀਦ ਤੋਂ ਡਰਦੇ ਨਹੀਂ ਤਨਕੀਦ ਇਨਸਾਨ ਦੀ ਫਿਤਰਤ ਹੈ ਅਸੀਂ ਕਈ ਤਨਕੀਦ ਤੋਂ ਡਰਦੇ ਨਹੀਂ ਦਿਲ ਮੋਮ ਤੇ ਸੀਨਾ ਸੰਗ ਵਰਗਾ ਹੈ ਦਿਲ ਤਵਜੋ ਕਰੀ ਦਿਲ ਮੋਮ ਤੇ ਸੀਨਾ ਸੰਗ ਵਰਗਾ ਹੈ ਅਸੀਂ ਜ਼ਖਮ ਸ਼ਦੀਦ ਤੋਂ ਡਰਦੇ ਨਹੀਂ ਦਿਲ ਮੋਮ ਤੇ ਸੀਨਾ ਸੰਗ ਵਰਗਾ ਹੈ ਅਸੀਂ ਜ਼ਖਮ ਸ਼ਦੀਦ ਤੋਂ ਡਰਦੇ ਨਹੀਂ ਔਰ ਹਕਮੇ ਵਿੱਚ ਮੋੜ ਲੈ ਕੇ ਆਉਂ ਉਸ ਤੇ ਤਵਜੋ ਕਰਿਆ ਹੈ ਬਰੀਕੀ ਵਾਲਾ ਮੋੜ ਅਗਰ ਨਾ ਸਮਝੋ ਹੋ ਸਕਦਾ ਉਲਟਾ ਸ਼ੇਰ ਹੋ ਜਾਵੇ ਸਮਝਣ ਨਾਲ ਸ਼ੇਰ ਸਿੱਧੋ ਸੀ ਦਿਲ ਮੋਮ ਤੇ ਸੀਨਾ ਸੰਗ ਵਰਗਾ ਹੈ ਅਸੀਂ ਜ਼ਖਮ ਸ਼ਦੀਦ ਤੋਂ ਡਰਦੇ ਨਹੀਂ ਔਰ ਅਸੀਂ ਨਹੀਂ ਆਂਦੇ ਵਦੇ ਆਂਦੇ ਲੋਕ ਹਜ਼ਾਰਾਂ ਹਨ ਇਸ ਗੱਲ ਤੇ ਤਵਜੋ ਕਰਨੀ ਹੈ ਵਦੇ ਆਂਦੇ ਲੋਕ ਹਜ਼ਾਰਾਂ ਹਨ ਕੀ ਆਂਦਣ ਅਸੀਂ ਸੈਯਦ ਦੀ ਦੀਦ ਤੋਂ ਡਰਦੇ ਨਹੀਂ ਅਸੀਂ ਹੱਕ ਬਾਹੂ ਨੂੰ ਮੰਨਦੇ ਨਹੀਂ ਅਸੀਂ ਪੀਰ ਫਰੀਦ ਤੋਂ ਡਰਦੇ ਨਹੀਂ ਔਰ ਅਸੀਂ ਉਹਨਾਂ ਨੂੰ ਕੀ ਆਨੇ ਆ ਗੌਰ ਕਰਿਆ ਏ ਔਰ ਰੱਖੀ ਚੇਤਾ ਮੁਨਕਰ ਪੰਜ ਤਨ ਦਾ ਸਾਡੇ ਕਾਸਮ ਜਜ਼ਬੇ ਸੱਚੇ ਹਨ ਸਾਡੇ ਹੱਥ ਚ ਅਲਮ ਆਬਾਸ ਦਾ ਹੈ ਅਸੀਂ ਸਿਮਰ ਯਜ਼ੀਦ ਤੋਂ ਡਰਦੇ ਹਾਂ ਮਿਹਰਬਾਨੀ ਸਾਹਿਬ ਬੜੀ ਮਿਹਰਬਾਨੀ ਮੈਂ ਨੌਕਰੀ ਦੇ ਸਾਂ ਸਾਈ ਮੈਂ ਮਹੀਨਾ ਹੀ ਯੋਧ ਮੈਂ ਬੜੀ ਮਿਹਰਬਾਨੀ ਸਹੀ ਮੇਰਾ ਉਹ ਮੋੜ ਵਿੱਚ ਸਮਝ ਗਏ ਉਹਨਾਂ ਜਿਹੜਾ ਮੈਂ ਸਮਝਾਇਆ ਕਿ ਤਨਕੀਦ ਇਨਸਾਨ ਦੀ ਫਿਤਰਤ ਹੈ ਇੱਕ ਇਸ ਤੋਂ ਪਹਿਲੇ ਇੱਕ ਮੈਂ ਦੋੜੇ ਦੀ ਇੱਕ ਦੋੜਾ ਸਿਰਫ ਆਖਣਾ ਚਾਹੁੰਦਾ ਮੈਨੂੰ ਯਾਦ ਆ ਗਿਆ ਉਹ ਵੀ ਇੱਕ ਬੜਾ ਇਸ਼ਾਰਾ ਹੈ ਔਰ ਅਟਲ ਬਲਕਿ ਹੋ ਸਕਦਾ ਕੁਝ ਲੋਕਾਂ ਦੇ ਕੁਝ ਫਤੂਰ ਜ਼ਿਹਨ ਚੋਂ ਖਤਮ ਹੋ ਜਾਵੇ ਔਰ ਤਵੱਜੋ ਕਰੇ ਸਾਂ ਤਵੱਜੋ ਚਾਹਨਾ ਕਿਬਲਾ ਹਸ਼ਮੀ ਸਾਹਿਬ ਕਿ ਤੂੰ ਜੋ ਮੁਸਲਿਮ ਹੈ ਤੈਨੂੰ ਕੀ ਆਖਾਂ ਤੂੰ ਖਬਰ ਨਾ ਸੱਚਦੀ ਲਈ ਏ ਤੂੰ ਜੋ ਮੁਸਲਿਮ ਹੈ ਤੈਨੂੰ ਕੀ ਆਖਾਂ ਤੂੰ ਖਬਰ ਨਾ ਸੱਚਦੀ ਤੂੰ ਜੋ ਮੁਸਲਿਮ ਹੈ ਤੈਨੂੰ ਕੀ ਆਖਾਂ ਤੂੰ ਖਬਰ ਨਾ ਸੱਚਦੀ ਲਈਏ ਵਦਾ ਉਤੂ ਤੂੰ ਕਲਮਾ ਗੋ ਬਣਿਆ ਏ ਤੇਰੀ ਅਸਲ ਹਕੀਕਤ ਬਈਏ ਵਦਾ ਉਤੂ ਤੂੰ ਕਲਮਾ ਗੋ ਬਣਿਆ ਏ ਤੇਰੀ ਅਸਲ ਹਕੀਕਤ ਬਈਏ ਔਰ ਸਿੱਧੀ ਗੱਲ ਏ ਕਾਸਿਮ ਸਮਝ ਤਾਂ ਸਹੀ ਕਿਉਂ ਤੇਰੀ ਮਤ ਵੱਜ ਗਈ ਏ ਓ ਇਸੇ ਨੂਰ ਬਸ਼ਰ ਦੇ ਰੋਲੇ ਵਿੱਚ ਇਬਲੀਸ ਤੇ ਲਾਲਤ ਇਬਲੀਸ ਦਾ ਕੀ ਕਸੂਰ ਆ ਓਏ ਉਹਨੂੰ ਵੀ ਨਜ਼ਰ ਨਾ ਆਇਆ ਨਾ ਨਹੀਂ ਤਾਂ ਕਰੇ ਆ ਹਾਂ ਹੁਣ ਉਹ ਸ਼ੇਰ ਮੈਂ ਮੁਕਰਰ ਕਰੇ ਨਾ ਕਿ ਤਨਕੀਦ ਇਨਸਾਨ ਦੀ ਫਿਤਰਤ ਹੈ ਅਸੀਂ ਕਈ ਤਨਕੀਦ ਤੋਂ ਡਰਦੇ ਨਹੀਂ ਇੱਕ ਨਾਰਾ ਮਾਰੋ ਨਾ ਨਾਰਾ ਹੈਦਰੀ
تنقید انسان دی فطرت ہے اسی کئی تنقید تو ڈردے نہیں دل موم تے سینہ سنگ ورگائے اسی زخم شدید تو ڈردے نہیں دل موم تے سینہ سنگ ورگائے اسی زخم شدید تو ڈردے نہیں ودے آندے لوگ ہزارہ ہن اسی سید دی دید تو ڈردے نہیں اسی حق باؤنو مندے نہیں اسی پیر فرید تو ڈردے نہیں اے رکھی چیتا منکر پائنٹن دا ساڈے قاسم جذبے سچے ہن ساڈے ہاتھ وچ علم عباس دا ہے اسی شمر یزید تو ڈردے نہیں مہربانی میں نوکری دینا ایک اس زمانے چے ہور شیر کہ اسی میری ہر گل وچ اشارہ ہے کہ اسی حسینی علم دے رکھے بھائی ثاقب لفظ لایا پنجابی دا رکھے اسی رکھے عام زبان وچ تاں اسی کتے نوں ہی آنے آئے نا انجے لیکن اتھے تا اسی اس کتے تو بھی مائن آئے ساتھ کتے بھی عظیم ہے ساتھ ہوں اتھے تو کتے اتھے فقیران یا گلان